ਹਾਂਜੀ ਦੋਸਤੋ ਵੈਲਕਮ ਕਰਦੇ ਆ ਤੁਹਾਡੇ ਪੰਜਾਬ ਜੋਬ ਸਰਚ YouTube ਚੈਨਲ ਵਿੱਚ ਅੱਜ ਵਾਲੀ ਵੀਡੀਓ ਵਿੱਚ ਮਾਨ ਸਰਕਾਰ ਦਾ ਵੱਡਾ ਉਪਰਾਲਾ 11 ਤਰ੍ਹਾਂ ਦੀਆਂ ਨਵੀਆਂ ਸਰਕਾਰੀ ਨੌਕਰੀਆਂ ਆ ਚੁੱਕੀਆਂ ਨੇ ਹੁਣ ਬੇਰੁਜ਼ਗਾਰੀ ਹੋਵੇਗੀ ਬਿਲਕੁਲ ਖਤਮ ਅਗਰ ਤੁਸੀਂ ਵੀ ਬੇਰੁਜ਼ਗਾਰ ਹੋ ਤੁਸੀਂ ਵੀ ਸਰਕਾਰੀ ਨੌਕਰੀਆਂ ਲੈਣ ਦੇ ਇੱਛੂ ਕੋ ਤਾਂ ਤੁਹਾਡੇ ਵਾਸਤੇ 11 ਤਰ੍ਹਾਂ ਦੀਆਂ ਨਵੀਆਂ ਸਰਕਾਰੀ ਨੌਕਰੀਆਂ ਆ ਚੁੱਕੀਆਂ ਅਗਰ ਇਹਨਾਂ ਬਾਰੇ ਸਹੀ ਤੇ ਸਟੀਕ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓਸ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਆ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੇਂ-ਨਵੇਂ ਸਰਕਾਰੀ ਨੌਕਰੀਆਂ ਸਰਕਾਰੀ ਸਹੂਲਤਾਂ ਦੀ ਸਹੀ ਅਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਭੇਜ ਜਾਵੇਗਾ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ ਤੋ ਆਪਾਂ ਅਪਡੇਟ ਦੇ ਪ੍ਰਾ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਪੀ ਟ੍ਰਿਪਲਸ ਵੀ ਦੇ ਵੱਲੋਂ ਅਸਿਸਟੈਂਟ ਲਾ ਅਫੀਸਰ ਅਤੇ ਹੋਰ ਨਵੀਆਂ ਪੋਸਟਾਂ ਵਾਸਤੇ ਉਮੀਦਵਾਰਾਂ ਪਾਸੋਂ ਆਰ ਜੀਆ ਦੀ ਮੰਗ ਕੀਤੀ ਜਾ ਰਹੀ ਹੈ ਠੀਕ ਹੈ ਜੀ ਜਿਹੜੀ ਇਹ ਭਾਰਤੀ ਹੈ ਪੰਜਾਬ ਸਵਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਵੱਲੋਂ ਕੰਡਕਟ ਕਰਵਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤੁਹਾਡੀ ਐਪਲੀਕੇਸ਼ਨ ਫੀਸ ਹੋਵੇਗੀ ਜਨਰਲ ਕੈਂਡੀਡੇਟਸ ਵਾਸਤੇ 1000 ਰੁਪਿਆ ਐਸ ਸੀ ਵੀ ਸੀ ਈ ਡਬਲਯੂ ਐਸ 250 ਪੀ ਡਬਲਯੂ ਡੀ 500 ਈ ਐਸ ਐਮ ਅਤੇ ਡਿਪੈਂਡੈਂਟ ਕੈਂਡੀਡੇਟਸ ਵਾਸਤੇ 200 ਰੁਪਿਆ ਫੀਸ ਰੱਖੀ ਗਿਆ ਤੁਸੀਂ ਆਪਣੀ ਫੀਸ ਨੂੰ ਆਨ ਤਦ ਨਾਲ ਫੀਸ ਪੇ ਕਰ ਸਕਦੇ ਹੋ ਤੁਹਾਡੀ ਇੰਪੋਰਟੈਂਟ ਡੇਟਸ ਹੋਵੇਗੀ ਤੁਸੀਂ 26/11/2023 ਤੋਂ ਲੈ ਕੇ ਜਿਹੜਾ ਇਹ 4/12/2023 ਤੱਕ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਜੇ ਤੁਹਾਡੀ ਏਜ ਲਿਮਟ ਆ ਉਹਦੀ ਕਾਊਂਟਿੰਗ 1/1/2023 ਤੱਕ ਹੋਵੇਗੀ ਤੁਸੀਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਕਿ ਪੰਜਾਬ ਦੇ ਐਸਸੀ ਅਤੇ ਐਸਟੀ ਉਮੀਦਵਾਰਾਂ ਨੂੰ 5 ਸਾਲ ਦੀ ਓਬੀਸੀ ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਇਹਦੇ ਵਿੱਚ ਰੱਖੀ ਗਈ ਆ ਸਭ ਤੋਂ ਪਹਿਲੀ ਪੋਸਟ ਹੈ ਸੀਨੀਅਰ ਅਸਿਸਟੈਂਟ ਦੀਆਂ 80 ਪੋਸਟਾਂ ਨੇ ਡਿਗਰੀ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਸੀਨੀਅਰ ਅਸਿਸਟ ਆਈ.ਟੀ. ਦੀਆਂ ਦੋ ਪੋਸਟਾਂ ਬੀ.ਈ. ਬੀ.ਟੈਕ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਵਾਲੇ ਕੰਪਿਊਟਰ ਸਾਇੰਸ ਵਾਲੇ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਸੀਨੀਅਰ ਅਕਾਊਂਟੈਂਟ ਅਸਿਸਟੈਂਟ ਅਕਾਊਂਟੈਂਟ ਦੀਆਂ ਦੋ ਪੋਸਟਾਂ ਡਿਗਰੀ ਬੀ.ਕਾਮ ਵਾਲੇ ਅਪਲਾਈ ਕਰ ਸਕਦੇ ਨੇ ਟੈਕਨੀਕਲ ਅਸਿਸਟੈਂਟ ਦੀਆਂ ਦੋ ਪੋਸਟਾਂ ਨੇ ਪੋਸਟ ਗ੍ਰੈਜੂਏਟ ਵਾਲੇ ਅਪਲਾਈ ਕਰ ਸਕਦੇ ਨੇ ਇਨਵੈਸਟੀਗੇਸ਼ਨ ਅਸਿਸਟੈਂਟ ਦੀਆਂ 49 ਪੋਸਟਾਂ ਡਿਗਰੀ ਬੀ.ਟੈਕ ਸਿਵਲ ਵਾਲੇ ਅਪਲਾਈ ਕਰ ਸਕਦੇ ਨੇ ਆਫੀਸਰ ਦੀਆਂ ਦੋ ਪੋਸਟਾਂ ਡਿਗਰੀ ਇਨ ਲਾਅ ਵਾਲੇ ਅਪਲਾਈ ਕਰ ਸਕਦੇ ਨੇ ਕੁਆਲਟੀ ਮੈਨੇਜਰ ਦੀ ਇੱਕ ਪੋਸਟ ਰੱਖੀ ਗਈ ਹੈ ਗ੍ਰੈਜੂਏਟ ਪਾਸ ਅਪਲਾਈ ਕਰ ਸਕਦੇ ਨੇ ਦੁਨੀਆ ਐਡੀਟਰ ਦੀਆਂ 60 ਪੋਸਟਾਂ ਨੇ ਡਿਗਰੀ ਬੀ ਕਾਮ ਐਮ ਕਾਮ ਵਾਲੇ ਅਪਲਾਈ ਕਰ ਸਕਦੇ ਨੇ ਡਰਾਫਟਮੈਨ ਦੀ ਇੱਕ ਪੋਸਟ ਆ 10ਵੀਂ ਪਾਸ ਅਪਲਾਈ ਕਰ ਸਕਦੇ ਨੇ ਇੰਸਟ੍ਰਕਟਰ ਦੀਆਂ 25 ਪੋਸਟਾਂ ਨੇ ਗ੍ਰੈਜੂਏਸ਼ਨ ਪਾਸ ਅਪਲਾਈ ਕਰ ਸਕਦੇ ਨੇ ਇਹਨਾਂ ਪੋਸਟਾਂ ਨੂੰ ਅਪਲਾਈ ਕਿਵੇਂ ਕਰੋਗੇ ਤੁਹਾਨੂੰ ਇਹਨਾਂ ਪੋਸਟਾਂ ਦਾ ਅਪਲਾਈ ਲਿੰਕ ਮੇਰੇ WhatsApp ਚੈਨਲ ਦੇ ਵਿੱਚ ਮਿਲ ਜਾਵੇਗਾ WhatsApp ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉੱਥੇ ਆ ਖੁਦ ਘਰ ਬੈਠੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਅਗਰ ਇਹਨਾਂ ਪੋਸਟਾਂ ਸੰਬੰਧੀ ਜੋ ਆਪਣੇ ਸਖ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਇਹੋ ਜੀ ਨਵੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਜਾਣਕਾਰੀ ਬਿਲਕੁਲ ਫ੍ਰੀ ਸਮੇਂ ਸਿਰ ਤੇ ਘਰੇ ਬੈਠੇ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਦੇਖਣ ਵੀਡੀਓ ਸ਼ੇਅਰ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਜੈ ਹਿੰਦ